ਨੀ ਮੇਰੀ ਸੁਣ ਗੱਲ ਤੂੰ ਉਹਨਾਂ ਦੀ ਦੁਕਾਨ ਕਰਕੇ ਹੁਣ ਸਾਡੇ ਘਰ ਰੋਣਾ ਧੋਣਾ ਨਾ ਪਾ ਮੰਮੀ ਜੀ ਮੈਂ ਕੀ ਕਹਿਆ ਤੁਹਾਨੂੰ ਪਰ ਜਦੋਂ ਮਾਂ ਪਿਓ ਦੁਖੀ ਹੋਣ ਨਾ ਰੋਣਾ ਤੇ ਆ ਹੀ ਜਾਂਦਾ ਨਾ ਨਹੀਂ ਮੈਂ ਤੈਨੂੰ ਕੁਝ ਕਹਿਣ ਡਈ ਆ ਤੇ ਤੂੰ ਮੇਰੇ ਅੱਗੇ ਜ਼ਬਾਨ ਲੜਾਈ ਜਾਂ ਡਈ ਆ ਤੇ ਨਾਲੇ ਮੈਂ ਕਿਹੜੀ ਤੇਰੇ ਲਾਗੇ ਖਲੋਤੀ ਆ ਮੈਨੂੰ ਕੀ ਪਤਾ ਤੂੰ ਆਪਣੇ ਪਿਓ ਨਾਲ ਕਿਹੜੀ ਗੱਲਾ ਕਰੀ ਜਾਨੀ ਆ ਤੇ ਜਗਦੈਨ ਤੂੰ ਆਪਣੇ ਪਿਓ ਨੂੰ ਫੋਨ ਲਾ ਕੇ ਬਹਿ ਜਾਨੀ ਆ ਵੇਖ ਕਿਰਨ ਮੇਰਾ ਪਾਰਾ ਹਾਈ ਨਾ ਕਰ ਤੂੰ ਫੋਨ ਕਰੇਂਗੀ ਜਾਂ ਨਹੀਂ ਨਹੀਂ ਨਾ ਮੈਂ ਫੋਨ ਨਹੀਂ ਕਰਨਾ ਵੇਖ ਪੋਤੇ ਇਹਦੇ ਵੱਲ ਕਿੰਨੀ ਜਿੱਦੜਿਆ ਕੁੱਟ ਖਾ ਲੇਗੀ ਪਰ ਫੋਨ ਲਾਉਣ ਵਾਲੋਂ ਨਹੀਂ ਮੰਨਣਾ ਡਈ ਮੰਮੀ ਤੂੰ ਹੀ ਇਦਾਂ ਕਰੋ ਬਾਹਰ ਜਾਓ ਤੇ ਜਾਂਦਿਆਂ ਦਰਵਾਜ਼ਾ ਬੰਦ ਕਰ ਜਿਓ ਤਾਂ ਕਿ ਗਵਾਂਡੀਆਂ ਤੱਕ ਤੁਹਾਡੀ ਆਵਾਜ਼ ਨਾ ਪਹੁੰਚ ਸਕੇ ਤੇ ਇਹਨੂੰ ਮੈਂ ਦੱਸਣਾ ਆ ਕਿ ਫੋਨ ਕਿੱਦਾਂ ਨਹੀਂ ਕਰਨਾ ਠੀਕ ਆ ਪੁੱਤ ਜਾਓ ਹੁਣ ਬਣੀ ਨਾ ਗੱਲ ਇਹ ਵੀ ਇਦਾਂ ਹੀ ਸੂਤਰ ਆਉਂਦੀ ਆ ਮੇ ਪੁੱਤ ਆ ਗਿਆ ਬਾਹਰ ਕੀ ਕਹਿੰਦੀ ਆ ਮੰਮੀ ਕਹਿਣਾ ਕੀ ਆ ਮੈਂ ਤੇ ਇਹਨੂੰ ਮੂੰਹ ਨਾਲ ਵੀ ਸਮਝਾ ਕੇ ਵੇਖ ਲਿਆ ਆ ਤੇ ਦਬਕੇ ਨਾਲੇ ਦੀ ਪਰ ਐਨੀ ਠੀਠ ਜਾਣਾ ਕਿ ਗੱਲ ਮੰਨਨ ਦਾ ਨਾਂ ਨਹੀਂ ਲੈਣ ਈ ਤੇ ਫਿਰ ਹੁਣ ਕੀ ਕਰਨਾ ਉਹ ਮੰਮੀ ਕਰਨਾ ਕੀ ਆ ਇਹਨੂੰ ਥੋੜਾ ਜਿਹਾ ਹੋਰ ਤੰਗ ਕਰਨਾ ਪੈਣਾ ਆ ਇਦਾਂ ਨਹੀਂ ਇਹ ਮੰਨਣ ਵਾਲੀ ਹਾਂ ਪੁੱਤ ਗੱਲ ਤੇ ਤੇਰੀ ਸਹੀ ਆ ਗਲਤੀ ਤੇ ਸਾਡੇ ਕੋਲ ਹੋ ਗਈ ਜਿਹੜੀ ਅਸੀਂ ਮਾੜੇ ਘਰ ਦੀ ਵਿਆਹ ਲਿਆਏ ਆ ਜਿਹੇ ਅਸੀਂ ਤਗੜੇ ਘਰ ਦੀ ਵਿਆਹ ਕੇ ਲਿਆਏ ਹੁੰਦੇ ਨਾ ਤੇ ਜਿਹੜੀ ਚੀਜ਼ ਅਸੀਂ ਮੰਗਦੇ ਅਗਲੇ ਨੇ ਦੋ ਹੀ ਹੱਥੀ ਦੇ ਦਿਆ ਕਰਨੇ ਹੀ ਤੇ ਹੋਰ ਕੀ ਮੰਮੀ ਕਿੱਥੇ ਮੇਰੀ ਮਾੜੀ ਕਿਸਮਤ ਜਿਸ ਦਿਨ ਮੇਰਾ ਇਹਦੇ ਨਾਲ ਰਿਸ਼ਤਾ ਜੁੜਿਆ ਸੀ ਪੁੱਤ ਕਿਸਮਤ ਤੇਰੀ ਇਕੱਲੇ ਦੀ ਨਹੀਂ ਮਾੜੀ ਸਾਡੇ ਸਾਰਿਆਂ ਦੀ ਮਾੜੀ ਆ ਜਦੋਂ ਕੋਈ ਰਿਸ਼ਤੇਦਾਰ ਪੁੱਛਦਾ ਨਾ ਇਹਦਾ ਪਿਓ ਕੀ ਕਰਦਾ ਵਾ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਵੀ ਦੁਕਾਨਦਾਰੀ ਕਰਦਾ ਵਾ ਤੇ ਹੋਰ ਕੀ ਮੰਮੀ ਜੇ ਕਿਸ ਚੰਗੇ ਕਾਰੋਬਾਰ ਵਾਲੇ ਦੀ ਕੁੜੀ ਮਿਲ ਜਾਂਦੀ ਨਾ ਤੇ ਆਪਣੇ ਵਾਰੇ ਨਿਆਰੇ ਹੋ ਜਾਣੇ ਸੀ ਫੋਨ ਕਿਹਦਾ ਆ ਗਿਆ ਹੁਣ ਚਲੋ ਮੰਮੀ ਤੁਸੀਂ ਕਰੋ ਗੱਲ ਤੇ ਮੈਂ ਬਈ ਨਾਲ ਦੂਜੇ ਅੰਦਰ ਜਾ ਆਕੇ ਠੀਕ ਆ ਪੁੱਤ ਹੈਲੋ ਹੋਰ ਭੈਣ ਜੀ ਕੀ ਹਾਲ ਆ ਠੀਕ ਐ ਬਸ ਭੈਣੇ ਕਿਵੇਂ ਭੈਣ ਬੜੀ ਢਿੱਲੀ ਜੀ ਬੋਲਣ ਦੀ ਆ ਘਰ ਸੋਕਸਾਂ ਤੇ ਆ ਨੋ ਚੰਗੀ ਰਹਿੰਦੀ ਤੇਰੇ ਨਾਲ ਹਾਂ ਭੈਣੇ ਠੀਕ ਐ ਬਸ ਜਿਹੜਾ ਟਾਈਮ ਪਾਸ ਹੋ ਹੀ ਜਾਂਦਾ ਐ ਭੈਣ ਕੋਈ ਗੱਲ ਹੈ ਤੇ ਦੱਸ ਦੇ ਹੋ ਸਕਦਾ ਤੇਰੀ ਕੋਈ ਮਦਦ ਕਰਦਾ ਮੈਂ ਨਹੀਂ ਭੈਣੇ ਤੂੰ ਮੇਰੀ ਮਦਦ ਕੀ ਕਰੇਂਗੀ ਮੈਂ ਤੇ ਆਪਣੇ ਹੱਥੇ ਆਪ ਹੀ ਕੰਡੇ ਬੀਜ ਲੇ ਮਾੜੇ ਘਰ ਦੀ ਧੀ ਲਿਆ ਕੇ ਉਹ ਕਿਤੇ ਸਾਡੇ ਹੱਥੇ ਚਾਰ ਛਿਲੜਨੀ ਤਰ ਸਕਦੇ ਅੱਛਾ ਭੈਣੇ ਮੈਂ ਤੇ ਮੁੰਡਾ ਬੜੇ ਤਗੜੇ ਘਰ ਬਿਆਇਆ ਸਾਨੂੰ ਤੇ ਬੜਾ ਸਮਾਨ ਦਿੱਤਾ ਉਹਨਾਂ ਨੇ ਹਾਂ ਭੈਣ ਸਮਾਨ ਤੇ ਸਾਰੇ ਹੀ ਦਿੰਦੇ ਆ ਆਪਣੀਆਂ ਧੀਆਂ ਨੂੰ ਪਰ ਮੇਰੀ ਨੋ ਨਹੀਂ ਲਿਆਈ ਨਾ ਹੀ ਇਹਦੇ ਪੇਕੇ ਦੇਣ ਜੋਗੇ ਆ ਭੈਣੇ ਇਹ ਤੇ ਗੱਲ ਫਿਰ ਬੜੀ ਮਾੜੀ ਐ ਉਹ ਫਿਰ ਉਹੋ ਜਿਹਾ ਘਰ ਵੇਖ ਕੇ ਕੁੜੀ ਵਿਆਹ ਲਿੰਦੇ ਹਾਂ ਭੈਣ ਕਿੱਥੇ ਇਹਨਾਂ ਨੂੰ ਸਾਡਾ ਹੀ ਮੁੰਡਾ ਮਿਲਿਆ ਹੈਗਾ ਮੈਂ ਤੇ ਪਛਤਾਉਣੀ ਆ ਉਹ ਵੇਲੇ ਨੂੰ ਕਾਸ਼ ਮੈਂ ਕੁੜੀ ਵੇਖ ਕੇ ਹੀ ਜਵਾਬ ਦੇ ਦਿੰਦੀ ਮੰਮੀ ਪਤਾ ਨਹੀਂ ਫੋਨ ਤੇ ਕਿਦਾਂ ਨਾ ਲੱਗੇ ਆ ਅਜੇ ਤਾਂ ਘਟਾਂ ਦਾ ਨਾ ਹੀ ਲੈਣ ਦੇ ਮੰਮੀ ਮੰਮੀ ਚੰਗਾ ਭੈਣੇ ਮੈਂ ਫੋਨ ਰੱਖ ਦਿਆਂ ਹੁਣ ਠੀਕ ਐ ਭੈਣੇ ਇਹਨੇ ਪਤਾ ਨਹੀਂ ਕੀ ਕਹਿਣਾ ਹੁਣ ਮੈਨੂੰ ਪਹਿਲੋ ਤੇ ਲੋਕੀ ਰਿਸ਼ਤਾ ਕਰਦਿਆਂ ਵੇਂਦੇ ਨਹੀਂ ਹਨ ਉਦੋਂ ਤੇ ਵਿਆਹ ਦੀ ਕਾਲੀ ਹੁੰਦੀ ਹੈ ਹੁਣ ਕਹਿੰਦੀ ਹੈ ਤਗੜੇ ਘਰ ਦੀ ਨੋ ਨਹੀਂ ਹੈਗੀ ਖਾਣ ਨੂੰ ਭਾਲਦੀ ਹੈ ਪਰ ਉਹ ਲਿਆਉਂਦੀ ਨਹੀਂ ਚੰਗਾ ਇਹ ਵੀ ਇਦਾਂ ਹੀ ਸੂਤਰ ਆਉਂਦੀ ਹੈ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੁੰਦੀ ਸੀ ਵੇ ਹਾਂ ਬਹੁਤ ਵਾਜਾਂ ਮਾਰਨ ਰਿਹਾ ਹਾਂ ਉਹ ਮੰਮੀ ਘੋਟ ਚਾਹ ਬਣਾ ਕੇ ਪਿਆ ਦਿਓ ਮੈਂ ਕੰਮ ਤੇ ਜਾਣਾ ਆ ਤੂੰ ਹੀ ਤੇ ਫੋਨ ਤੇ ਲੰਮੀਆਂ ਪਿੰਗਾ ਪਾ ਕੇ ਬਹਿ ਗਏ ਹੋ ਵੇ ਜੇ ਅਗਲੀ ਨੇ ਫੋਨ ਲਾ ਲਿਆ ਸੀ ਗਲਤੇ ਕਰਨੀ ਇਹਨਾਂ ਤੂੰ ਐਵੇਂ ਕੱਪੜਿਆਂ ਚ ਬਾਹਰ ਹੋਈ ਜਾਂਨਾ ਵਾ ਆਪ ਤੇ ਤੂੰ ਹੀ ਸਾਰਾ ਸਾਰਾ ਦਿਨ ਕਾਨਾ ਫੋਨ ਨਹੀਂ ਲਾਉਂਦੇ ਉਹ ਠੀਕ ਐ ਮੰਮੀ ਜੀ ਜਾਓ ਬਣਾ ਲਿਓ ਕੋਟ ਚਾਹ ਹੁਣ ਲਿਓ ਨਹੀਂ ਆ ਸਾਰਾ ਦਿਨ ਅਜੇ ਘਰੇ ਲੰਘ ਗਿਆ ਉਹ ਤੂੰ ਅਜੇ ਵੀ ਬੈਠੀ ਇੱਥੇ ਡੁਸਕੀ ਜਾਨੀ ਐ ਚੁੱਪ ਕਰੇਂਗੀ ਕਿ ਨਹੀਂ ਹਾਏ ਮੇਰਾ ਮੱਥਾ ਉਹ ਕੁਝ ਨਹੀਂ ਹੋ ਗਿਆ ਤੇਰੇ ਮੱਥੇ ਨੂੰ ਜਿਹੜਾ ਤੈਨੂੰ ਕੰਮ ਕਿਹਾ ਨਾ ਕੰਮ ਕਰੇ ਚੁੱਪ ਕਰਕੇ ਫੋਨ ਲਾ ਆਪਣੇ ਪਿਓ ਨੂੰ ਤਨੀ ਆ ਬਸ ਇਹੋ ਤੇ ਗਲਤੀ ਆ ਕਿ ਤੂੰ ਮੇਰੀ ਪਤਨੀ ਆ ਨਵ ਮੇਰੇ ਪਿਓ ਨੇ ਤੇ ਮੇਰਾ ਵਿਆਹ ਹੀ ਮਹਾਂ ਕੀਤਾ ਸੀ ਰਿਸ਼ਤੇਦਾਰਾਂ ਤੋਂ ਪੈਸੇ ਫੜ ਤੜ ਕੇ ਮੈਂ ਉਹਨਾਂ ਤੇ ਹੋਰ ਬੋਝ ਨਹੀਂ ਪਾ ਸਕਦੀ ਉਹਨਾਂ ਦਾ ਤੇ ਹਲੇ ਵਿਆਹ ਦਾ ਕਰਜ਼ਾ ਨਹੀਂ ਲੱ타 ਤੇ ਮੈਂ ਤੁਹਾਨੂੰ ਪੈਸੇ ਕਿੱਥੋਂ ਲਿਆ ਕੇ ਦੇਵਾਂ ਉਹ ਬਸ ਕਰ ਜਾ ਕਿਰਨ ਐਵੇਂ ਝੂਠ ਨਾ ਬੋਲੀ ਜਾ ਡੇਢ ਸਾਲ ਦਾ ਤੇਰਾ ਨਿਆਣਾ ਹੋ ਗਿਆ ਆ ਤੇ ਤੂੰ ਕਹਿੰਨੀ ਆ ਅਜੇ ਤੱਕ ਉਹਨਾਂ ਦਾ ਕਰਜ਼ਾ ਹੀ ਨਹੀਂ ਲੱ타 ਨਵ ਪੈਸੇ ਤੇ ਥੋੜੇ ਫੜੇ ਹੀ ਉਹਨਾਂ ਨੇ ਪਰ ਵਿਆਹ ਜ਼ਿਆਦਾ ਲੱਗ ਗਿਆ ਨਾਲ ਪੈਸੇ ਮਾਉਣ ਨੇ ਸੋਖੇ ਨਹੀਂ ਹੁੰਦੇ ਉਹਨਾਂ ਦੀ ਕਿਹੜੀ ਕੋਈ ਤਨਖਾਹ ਹੁੰਦੀ ਆ ਜਬਾਨ ਤੇ ਤੂੰ ਬੜੀ ਚਲਾਉਣੀ ਏ ਤਾਂ ਹੀ ਤੇ ਮੇਰੇ ਕੋਲ ਕੁੱਟ ਖਾਨੀ ਏ ਨਾ ਮੈਂ ਤਾਂ ਬਸ ਗੱਲ ਹੀ ਕਰਨ ਢੀ ਹਾਂ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਮੈਨੂੰ ਬਸ ਪੈਸੇ ਚਾਹੀਦੇ ਆ ਤੇ ਮੇਰਾ ਉਹ ਕੰਮ ਹੋਣਾ ਚਾਹੀਦਾ ਲੱਗੀ ਸਮਝ ਨਾ ਉਹ ਤਾਂ ਹੁਣ ਮੈਂ ਪੈਸੇ ਕਿੱਥੋਂ ਲਿਆ ਕੇ ਦਾਂ ਤੂੰ ਹੀ ਤਾਂ ਆਪਣੇ ਰਿਸ਼ਤੇ ਦਾ ਵੀ ਲਿਆਜ਼ ਨਹੀਂ ਕਰਦੇ ਰੱਬਾ ਕੀ ਕਰਾਂ ਮੈਂ ਹੁਣ ਵੇ ਪੋਤਾ ਮੇਰੀਆਂ ਤੇ ਅੱਜ ਬੜੀਆਂ ਹੀ ਲੱਤਾਂ ਦੁਖਣ ਲੀਆਂ ਨੇ ਮੰਮੀ ਤੁਹਾਡੀਆਂ ਲੱਤਾਂ ਦੁਖੀ ਜਾਂਦੀਆਂ ਨੇ ਤੇ ਮੈਂ ਘੁੱਟ ਚਾਹ ਪੀਣੀ ਸੀ ਵੇ ਪੋਤਾ ਦੱਸ ਮੈਂ ਕੀ ਕਰਾਂ ਹੁਣ ਉਹ ਤੇ ਅੰਦਰ ਪਈ ਆ ਬੜੇ ਆਰਾਮ ਨਾਲ ਅੰਦਰ ਪਈ ਆ ਮੰਮੀ ਕੀ ਗੱਲ ਭਾਬੀ ਇਹ ਤਾਂ ਅੰਦਰੋਂ ਬਾਹਰ ਹੀ ਨਹੀਂ ਨਿਕਲੇ ਵੇ ਨਾ ਪੋਤਾ ਕੋਟ ਖਾ ਗਿਆ ਅਜੇ ਤੱਕ ਉਹਦੇ ਅੰਦਰ ਹੀ ਪਈ ਆ ਮੰਮੀ ਮੈਨੂੰ ਤੇ ਲੱਗਦਾ ਭਾਬੀ ਇਹ ਸਾਰੇ ਨਾਟਕ ਕਰਨ ਰਏ ਨੇ ਮੈਨੂੰ ਨਹੀਂ ਲੱਗਦਾ ਵੀਰੇ ਨੇ ਦੋ ਲਾਈਆਂ ਵੀ ਆ ਕਿ ਨਹੀਂ ਇਹ ਤੇ ਸਾਰੇ ਕੰਮ ਤੋਂ ਬਚਣ ਦੇ ਬਹਾਨੇ ਲੱਗਦੇ ਆ ਹਾਂ ਪੋਤਾ ਤੇ ਮੈਨੂੰ ਪਤਾ ਹੀ ਆ ਕੰਮਵਾਰੀ ਇਹਦੇ ਪਿੱਸੂ ਪੈ ਜਾਂਦੇ ਆ ਉਤਰਾ ਭਾਵੇਂ ਜਿੰਨੀਆਂ ਮਰਜ਼ੀ ਗੱਲਾਂ ਕਰਾ ਲਓ ਇਹਦੇ ਕੋ ਤੇ ਹੋਰ ਕੀ ਆ ਮੰਮੀ ਜੀ ਚੱਲ ਕੋਈ ਗੱਲ ਨਹੀਂ ਪੋਤਾ ਮੈਂ ਵੇਖਦੀ ਆ ਅੰਦਰ ਜਾ ਕੇ ਉਹਨੂੰ ਠੀਕ ਆ ਮੰਮੀ ਜੀ ਨਿਹੜ ਇੱਥੇ ਬੈਠੀ ਢੁਸਕੀ ਜਾਏਗੀ ਬਾਰ ਬੱਤੀ ਕੰਮ ਕਰਨ ਵਾਲੇ ਪਏ ਆ ਉਠ ਖੜ ਹਣ ਠੀਕ ਆ ਮੰਮੀ ਜੀ ਆ ਆਪਣੇ ਆਪ ਤੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਕੰਮ ਕਰਨ ਦਾ ਬੈਠੀ ਆ ਅੰਦਰ ਵੜ ਕੇ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੁਣਾ ਕੀ ਹਾਲ ਆ ਠੀਕ ਆ ਚਾਚੀ ਜੀ ਹੋਰ ਕੀ ਕਰੀ ਜਾਂਦੇ ਹੋ ਕੁਝ ਨਹੀਂ ਪੁੱਤ ਕਰਨਾ ਕੀ ਆ ਇੱਕ ਤੇ ਸਾਰਾ ਦੇਣਾ ਘਰ ਦੇ ਕੰਮ ਹੀ ਨਹੀਂ ਟੁੱਟ ਪਾਣੇ ਮੁੱਕਦੇ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਚਲੋ ਆ ਪੁੱਤ ਘੜੀ ਬੈਨੇ ਆ ਚਲੋ ਠੀਕ ਆ ਚਾਚੀ ਜੀ ਪੁੱਤ ਮੇਰੀ ਸੁਣ ਗੱਲ ਤੂੰ ਵੀ ਕਿਹਨੂੰ ਰਿਸ਼ਤਾ ਹੀ ਕਰਵਾ ਰਹਿਆ ਹੈ ਕੋਈ ਚੰਗੀ ਜੀ ਕੁੜੀ ਵੇਖ ਕੇ ਚਾਚੀ ਜੀ ਜਦੋਂ ਮੈਂ ਪਹਿਲਾਂ ਰਿਸ਼ਤਾ ਕਰਵਾਉਂਦੀ ਸੀ ਉਦੋਂ ਤੁਸੀਂ ਮੰਨੇ ਨਹੀਂ ਹੁਣ ਤੁਸੀਂ ਫੇਰ ਕਹਿੰਦੇ ਰਿਸ਼ਤਾ ਕਰਵਾ ਦੇ ਚੱਲ ਪੁੱਤ ਉਦੋਂ ਅਸੀਂ ਨਹੀਂ ਮੰਨੇ ਹੁਣ ਤੂੰ ਛੋਟੇ ਨੂੰ ਹੀ ਕਰਾ ਦੇ ਕੋਈ ਗੱਲ ਨਹੀਂ ਚਾਚੀ ਜੀ ਘਰ ਜਾ ਕੇ ਮੈਂ ਕਰਦੀ ਆ ਸੁਖਮਨ ਦੇ ਪਾਪਾ ਨਾਲ ਸਲਾਹ ਸਾਸ੍ਰੀਕਾਲ ਦੀਦੀ ਸਾਸ੍ਰੀਕਾਲ ਨਹੀਂ ਮੈਂ ਮਰ ਜਾ ਕਿਵੇਂ ਐਨਾ ਕਿੰਨੂੰ ਡੰਗਰਾਵਾਂਗਾ ਕੁੱਟਿਆ ਏ ਘਰ ਵਿੱਚ ਮਾੜੀ ਮੋਟੀ ਲੜਾਈ ਤਾਂ ਹੁੰਦੀ ਰਹਿੰਦੀ ਐ ਪਰ ਕੋਈ ਐਦਾਂ ਥੋੜਾ ਕਰਦਾ ਵਾ ਅਜੇ ਛੋਟੇ ਨੂੰ ਸਾਖ ਭਾਲਦੀ ਆ ਨਾ ਪਾਈ ਮੈਂ ਨਹੀਂ ਕਰਾਉਂਦੀ ਪੁੱਤ ਤੂੰ ਕੀ ਸੋਚਣ ਲੱਗ ਪਈ ਐ ਕੋਜਨੀ ਚਾਚੀ ਜੀ ਸੋਚਣਾ ਕੀ ਆ ਅ ਕਿਰਨ ਦੇ ਚਿਹਰੇ ਤੇ ਨਿਸ਼ਾਨ ਕਾਦੇ ਪਏ ਨੇ ਹਾਏ ਮੈਂ ਮਰ ਜਾ ਜੇ ਇਹਨੂੰ ਸਾਰੀ ਸਚਾਈ ਦਾ ਪਤਾ ਲੱਗ ਗਿਆ ਨਾ ਫੇਰ ਤੇ ਕੰਮ ਹੀ ਬੜਾ ਖਰਾਬ ਹੋ ਜਣਾ ਚੱਲ ਕੋਈ ਗੱਲ ਨਹੀਂ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਇਹਨੂੰ ਟਾਲਦੀ ਆ ਪੁੱਤ ਨਿਸ਼ਾਨ ਕਾਦੇ ਪੈਣੇ ਆ ਉਹ ਤੇ ਹਰਕੀਤ ਨੇ ਖੇਡਦੇ ਆ ਇਹਦੇ ਮੂੰਹ ਤੇ ਖਰੂਂਡ ਮਾਰਤੇ ਉਹਦੇ ਨਿਸ਼ਾਨ ਪੈ ਗਏ ਆ ਪਰ ਚਾਚੀ ਜੀ ਮੈਨੂੰ ਇਹ ਖਰੂਂਡਾਂ ਦੇ ਨਿਸ਼ਾਨ ਨਹੀਂ ਉਂਗਲੀਆਂ ਦੇ ਨਿਸ਼ਾਨ ਲੱਗਦੇ ਨੇ ਵੇਹ ਪੁੱਤ ਤੁਹਾਡੇ ਘਰ ਮਾੜਾ ਮੋਟਾ ਲੜਾਈ ਝਗੜਾ ਜ਼ਰੂਰ ਹੋ ਜਾਂਦਾ ਵਾ ਪਰ ਅਸੀਂ ਐਡੇ ਵੀ ਜ਼ਾਲਮ ਨਹੀਂ ਗਏ ਜਿਹੜੇ ਨੂੰ ਹੁਣ ਤੁਸੀਂ ਜੋ ਮਰਜ਼ੀ ਕਹੋ ਚਾਚੀ ਜੀ ਨਿਸ਼ਾਨ ਤਾਂ ਸਾਫ਼ ਦਿਖਣ ਦੇ ਆ ਕਿ ਤੁਸੀਂ ਕਿਰਨ ਨੂੰ ਬੁਰੀ ਤਰ੍ਹਾਂ ਕੁੱਟਿਆ ਏ ਵਿਚਾਰੀ ਕਿਰਨ ਮੈਨੂੰ ਤਾਂ ਬੜਾ ਹੀ ਤਰਸ ਆਉਂਦਾ ਕਿਰਨ ਤੇ ਚਲੋ ਠੀਕ ਹੈ ਚਾਚੀ ਜੀ ਮੈਂ ਚਲਦੀ ਹਾਂ ਹੁਣ ਚੰਗਾ ਬੁੱਤ ਪਪੂ ਆਜੀ ਡੈਡੀ ਨਾਲ ਗੱਡੀ ਖਾਲੀ ਕਰਨ ਚੰਮੂ ਗਿਆ ਤਾਂ ਆਣੀ ਉਹਨਾਂ ਦਾ ਨੰਬਰ ਲੱਗਦਾ ਤੇ ਕੋਈ ਗੱਲ ਨਹੀਂ ਮੇਰੇ ਕੋਲ ਉਹਨਾਂ ਦਾ ਦੂਜਾ ਨੰਬਰ ਹੈਗਾ ਆ ਤੇ ਮੈਂ ਉਹਨਾਂ ਨਾਲ ਗੱਲ ਕਰਕੇ ਤੇ ਫਿਰ ਦੱਸਦਾਂਗਾ ਤੁਹਾਨੂੰ ਹਾਂਜੀ ਚਲੋ ਠੀਕ ਆ 부ਆ ਜੀ ਚੰਗਾ ਜੀ ਮੰਮੀ ਦਾਲ ਤੁਸੀਂ ਚੁਗਣ ਦੇ ਜੇ ਕੀ ਗੱਲ ਕਰਨ ਕਿੱਥੇ ਆ ਉਹ ਤੋਂ ਉਹ ਤੇ ਐਤਕ ਸਵੇਰ ਦੀ ਅੰਦਰ ਨਹੀਂ ਨਿਕਲੀ ਕਿਰਨ ਅਜੇ ਤੱਕ ਬਾਹਰ ਹੀ ਨਹੀਂ ਨਿਕਲੀ ਨਾ ਸਗੋ ਭਾਬੀ ਤੇਰੀ ਵੀ ਆਈ ਸੀ ਤੇ ਉਹਨੂੰ ਵੀ ਚਾਹ ਦਾ ਕੱਪ ਮੈਂ ਹੀ ਬਣਾ ਕੇ ਦਿੱਤਾ ਇਹ ਤਾਂ ਕਿਹੇ ਆਏ ਗਏ ਦਾ ਵੀ ਭੋਰਾ ਲਿਆਜ ਨਹੀਂ ਕਰਦੀ ਕੋਈ ਗੱਲ ਨਹੀਂ ਮੰਮੀ ਮੈਂ ਕਰਦਾ ਗਾਲੇਦਣਾ ਜਾ ਕੇ ਅੰਦਰ ਹੁਣ ਬਣੀ ਨਾ ਗੱਲ ਵੇਖਦੀ ਆ ਅੰਦਰ ਜਾ ਕੇ ਪਹਿਲਾਂ ਕੀ ਕਰਦਾ ਆ ਕਿਰਨਾ ਅੰਦਰ ਵੜੀ ਬੈਠੀ ਹੈ ਬਾਹਰ ਭਾਬੀ ਆਏ ਰਹੇ ਤੂੰ ਉਹਨੂੰ ਚਾਹ ਕੇ ਉਹਨੇ ਬਣਾ ਕੇ ਪਿਆਲੀ ਨਾ ਮੈਂ ਉਹ ਚਾਹ ਬਣਾ ਕੇ ਪਈ ਹੀ ਭਾਬੀ ਨੂੰ ਤੂੰ ਚਾਹ ਬਣਾ ਕੇ ਪਈ ਹੀ ਨੀ ਕਿਉਂ ਐਡੇ ਐਡੇ ਵੱਡੇ ਝੂਠ ਬੋਲਦੀ ਆ ਉਹਨੂੰ ਤੇ ਚਾਹ ਕੱਪ ਮੈਂ ਬਣਾ ਕੇ ਪਿਆਲੀ ਹੀ ਤੂੰ ਤੇ ਉਹਦਾ ਆਈ ਦਾ ਵੀ ਨਹੀਂ ਲਿਆਜ ਕੀਤਾ ਵੀ ਅਗਲੇ ਕੀ ਕਰ ਜਾ ਕੇ ਆਖੇ ਕਿ ਇਹਨਾਂ ਦੇ ਨੋ ਨੇ ਚਾਹ ਦਾ ਕੱਪ ਨਹੀਂ ਬਣਾ ਕੇ ਪਿਆ ਲਿਆ ਮੰਮੀ ਤੂੰ ਇਹ ਕਿਉਂ ਇਹਨਾ ਝੂਠ ਬੋਲਣ ਦੇ ਜੇ ਚਾਹ ਤੇ ਮੈਂ ਉਹ ਬਣਾਈ ਹੀ ਦੀ ਮੇਰਾ ਸਿਰ ਚਟਾ ਹੋ ਗਿਆ ਮੈਨੂੰ ਕਿਹ ਝੂਠੀ ਕਹਿਨੀ ਐ ਵੇਖ ਲੈ ਪੁੱਤ ਸਭ ਕੋਈ ਤੇਰੇ ਸਾਹਮਣੇ ਹੀ ਆ ਫੇਰ ਲੋਕਾਂ ਨੇ ਕਹਿਣਾ ਸੱਸ ਨੇ ਨੋ ਘਟਾਤੀ ਆ ਕੁੱਟ ਤੇ ਇਹਨੇ ਆਪੇ ਖਾਣੀ ਆ ਜਦੋਂ ਇਹ ਕੰਮ ਹੀ ਇਦਾਂ ਦੇ ਕਰਦੀ ਆ ਉਹ ਮੰਮੀ ਜੀ ਮੇਰਾ ਤੇ ਮਨ ਅੱਕ ਗਿਆ ਇਹਨੂੰ ਕੁੱਟ-ਕੁੱਟ ਕੇ ਪਰ ਇਹਦਾ ਕੁੱਟ ਖਾ ਕੇ ਮੰਨਣੀ ਅੱਕਦਾ ਮੇਰੀ ਤੇ ਨਾ ਜ਼ਿੰਦਗੀ ਤੈਸ ਨੇਸ ਕਰਕੇ ਰੱਖਤੀ ਆ ਇਹਨੇ ਜਿੱਦਾਂ ਦੀ ਮੇਰੀ ਜ਼ਿੰਦਗੀ ਚ ਆਈ ਆ ਨਾ ਮੈਂ ਕੀ ਕਹਿਆ ਤੁਹਾਨੂੰ ਮੈਂ ਕਿਹਨਾਂ 2.5 ਲੱਖ ਰੁਪਇਆ ਕਿੱਡੀ ਕ ਗੱਲ ਆ ਤੂੰ ਆਪਣੇ ਪਿਓ ਨੂੰ ਫੋਨ ਕਰਕੇ ਪੈਸੇ ਮੰਗ ਨਹੀਂ ਸਕਦੀ ਨਾਲੇ ਤੇ ਆਪ ਦੁਖੀ ਹੁੰਨੀ ਐ ਤੇ ਨਾਲੇ ਹਾਨੂੰ ਦੁਖੀ ਕਰਦੀ ਏ ਨਵ ਤੁਹਾਡੇ ਵਾਸਤੇ 2.5 ਲੱਖ ਬਹੁਤ ਛੋਟੀ ਚੀਜ਼ ਹੋਣੀ ਆ ਪਰ ਮੇਰੇ ਪਿਓ ਵਿਚਾਰੇ ਦੀ ਜੇਬ 'ਚ ਕਈ ਵਾਰੀ 200 ਰੁਪਿਆਵਣੀ ਹੁੰਦਾ ਤੇ ਫਿਰ ਮੈਂ ਉਹਦੇ ਕੋ ਕਿਵੇਂ ਪੈਸੇ ਮੰਗਲਾਂ ਵੇਖ ਲੈ ਪੁੱਤ ਇਹਨੂੰ ਆਪਣੇ ਪਿਓ ਦੀ ਫਿਕਰ ਆ ਹਾੜੀ ਤੇ ਇਹਨੂੰ ਕੋਈ ਫਿਕਰ ਨਹੀਂ ਗਈ ਇਹਨੇ ਹਾੜਾ ਆਂਡ ਘਵਾੜ ਦੇ ਵਿੱਚ ਨੱਕ ਵਢਾ ਕੇ ਰੱਖਤਾ ਆ ਆ ਹੁਣ ਕਿਹਦਾ ਫੋਨ ਆ ਗਿਆ ਆ ਵੇ ਪੁੱਤਾ ਫੋਨ ਫੇਰ ਚੁੱਕ ਲਈ ਪਹਿਲਾਂ ਇਹਦੇ ਨਾਲ ਚੰਗੀ ਤਰ੍ਹਾਂ ਗੱਲ ਕਰ ਲਾ ਉਹ ਮੰਮੀ ਫੋਨ ਮੈਂ ਬਾਅਦ ਚੁੱਕ ਲਾਂਗਾ ਪਹਿਲਾਂ ਵੇਖ ਤਾਂ ਲਵਾ ਫੋਨ ਹੈ ਕਿਦਾਂ ਆ ਭੈਣ ਦਾ ਫੋਨ ਭੈਣ ਦਾ ਫੋਨ ਆ ਪੁੱਤ ਛੇਤੀ ਚੁੱਕ ਲੈ ਕਿਤੇ ਕੱਟਿਆ ਨਾ ਜਾਏ ਹਲੋ ਵੀਰੇ ਉਹ ਭੈਣੇ ਕੀ ਗੱਲ ਆ ਤੂੰ ਰੋਣੀ ਕਿਹੜੀ ਗੱਲਾਂ ਆ ਹੈ ਕੁੜੀ ਰੋਂ ਰਹੀ ਆ ਬਿਨਾਵਾਂ ਕੀ ਗੱਲ ਹੋ ਗਈ ਆ ਵੀਰੇ ਤੇਰੇ ਭਾਜੀ ਨੇ ਅੱਜ ਮੈਨੂੰ ਕੁੱਟਿਆ ਵਾ ਭਾਜੀ ਨੇ ਕੁੱਟਿਆ ਤੈਨੂੰ ਪਰ ਭੈਣੇ ਕਿਉਂ ਹੋਏ ਮੈਂ ਮਰ ਜਾ ਕੁੱਟਿਆ ਬੀਰੇ 4 ਲੱਖ ਰੁਪਈਆ ਮੰਗਦਾ ਸੀ ਆਂਦਾ ਸੀ ਪੇਕਿਆਂ ਤੋਂ ਲੈ ਕੇ ਆ ਤੇਰੇ ਭਰਾ ਚੰਗੇ ਬੜੇ 15 ਕਿਲਿਆਂ ਦੇ ਮਾਲਕ ਆ ਮੈਂ ਨਾ ਕਰਤੀ ਤੇ ਮੈਨੂੰ ਕੁੱਟਣ ਲੱਗ ਪਿਆ ਭੈਣੇ 4 ਲੱਖ ਰੁਪਈਆ 4 ਲੱਖ